ਦਰਦ ਹੁੰਦਾ ਇੱਥੇ ਨਹੀਂ ਲੱਤਾਂ ਦੇ ਗੱਦ ਨਹੀਂ ਖੜਨ ਦਾ ਚੂੜਾ ਟੁੱਟਿਆ ਹੋਇਆ ਹੁਣ ਥੋੜਾ ਉਹਦਾ ਖੜਾ ਹੋ ਗਿਆ ਲੈਟਰਿਨ ਵਾਲੀ ਥਾਂ ਤੇ ਹੀ ਹੈ ਸਰ ਇਹ ਬਾਬਾ ਜੀ ਆਪਦਾ ਨਾਮ ਰਾਮ ਸਰੂਪ ਦੱਸਦੇ ਆ ਜਿਵੇਂ ਕਿ ਤੁਸੀਂ ਸਾਰਿਆਂ ਨੇ ਸੁਣਿਆ ਹੀ ਆ ਸੱਚੇ ਪਾਤਸ਼ਾਹ ਨੇ ਮਿਹਰ ਕਰੀ ਹੈ ਸਾਡੇ ਟੀਮ ਜਿਹੜੀ ਸਾਡਾ ਭਰਾ ਤੁਹਾਨੂੰ ਪਤਾ ਸਾਰੇ ਵੀਰਾਂ ਭੈਣਾਂ ਨੂੰ ਵੀਰਿੰਦਰ ਗਰੇਵਾਲ ਜਿਹੜੀ ਡੈਥ ਹੋ ਗਈ ਆ ਪਿੱਛੇ 16 ਤਰੀਕ ਨੂੰ ਐਕਸੀਡੈਂਟ 'ਤੇ ਸਾਡਾ ਭਰਾ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਅਸੀਂ ਲੋੜਵੰਦ ਲਵਾਰਸ ਬੰਦੇ ਜਿਹੜੇ ਸੜਕਾਂ 'ਤੇ ਪਏ ਉਹਨਾਂ ਦਾ ਇਲਾਜ ਕਰਵਾਉਂਦੇ ਹਾਂ ਚੱਕ ਕੇ ਅਤੇ ਇਹ ਬਾਬਾ ਜੀ ਨੂੰ ਵੀ ਵੀਰਿੰਦਰ ਦੇ ਹੁੰਦਿਆਂ ਵੀ ਅਸੀਂ ਆ ਕੇ ਦੇਖ ਕੇ ਗਏ ਸੀ ਉਦੋਂ ਪਰ ਉਦੋਂ ਸਾਨੂੰ ਕਿਸੇ ਨੇ ਮਿਸਗਾਈਡ ਕਰਤਾ ਸੀਗਾ ਗਲਤ ਤਰੀਕੇ ਨਾਲ ਵੀ ਇਹ ਬਾਬਾ ਜੀ ਕੋਈ ਗਲਤ ਤਰੀਕੇ ਨਾਲ ਰਹਿ ਰਹੇ ਆ ਨਸ਼ਾ ਕਰਦੇ ਆ ਜਾਂ ਹੋਸਪਿਟਲ 'ਚ ਵੀ ਇਹਨਾਂ ਦਾ ਇਲਾਜ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀਗੀ ਪਰ ਇਹ ਹੋਇਆ ਨਹੀਂ ਕੁਛ ਬੰਦਿਆਂ ਨੇ ਸਾਨੂੰ ਅੱਜ ਵੀ ਕੁਛ ਬੰਦਿਆਂ ਨੇ ਸਾਡੇ ਟੀਮ ਮੈਂਬਰਾਂ ਨੂੰ ਮਿਸਗਾਈਡ ਕਰਨ ਦੀ ਕੋਸ਼ਿਸ਼ ਕੀਤੀ ਦੱਸਿਆ ਵੀ ਇਹ ਬਾਬੇ ਕੋਲ ਪੈਸੇ ਬਹੁਤ ਆ ਜੀ ਕਿੱਦਾਂ ਵਾ ਪਰ ਸਾਡੇ ਕੋਲ ਵੀਰ ਖੜੇ ਆ ਪਿੱਛੇ ਆ ਜਾਓ ਵੀਰੇ ਅੱਗੇ ਆ ਜਾਓ ਤੁਸੀਂ ਕੋਈ ਗੱਲ ਇਹ ਵੀਰ ਖਾਲਸਾ ਜੀ ਆ ਇਹਨਾਂ ਨੂੰ ਰਾਤ ਸਾਡੇ ਟੀਮ ਮੈਂਬਰ ਮਿਲੇ ਸੀ ਇਹਨਾਂ ਨੇ ਅੱਜ ਸਾਡੇ ਕੋਲ ਬਾਬਾ ਜੀ ਨੂੰ ਭੇਜਿਆ ਵੀ ਸੀਗਾ ਅਤੇ ਇਹ ਵੀਰ ਆਟੋ ਦੇ ਉੱਪਰ ਸਾਡੇ ਕੋਲ ਜਾ ਕੇ ਵੀ ਆਏ ਬਾਬਾ ਜੀ ਨੂੰ ਲੈ ਕੇ ਵੀ ਗਏ ਸੀ ਪਰ ਅਸੀਂ ਸੰਗਤਾਂ ਨੂੰ ਰੀਅਲ ਦਿਖਾਉਣਾ ਚਾਹੁੰਦੇ ਸੀ ਲਾਈਵ ਵੀ ਅਸਲੀਅਤ ਕੀ ਆ ਜੀ ਵੀ ਇਹ ਬਾਬਾ ਜੀ ਤੁਸੀਂ ਦੇਖ ਸਕਦੇ ਹੋ ਇੱਕ ਆ ਛੋਟੀ ਜਿਹੀ ਝੁੱਗੀ ਆ ਇਹਦੇ ਵਿੱਚ ਇੱਥੇ ਰਹਿ ਰਹੇ ਬਾਬਾ ਜੀ ਆ ਪੂਰੀਆਂ ਸਰਦੀਆਂ ਬਾਬਾ ਜੀ ਨੇ ਇਸੇ ਜਗ੍ਹਾ 'ਤੇ ਗੁਜ਼ਾਰੀਆਂ ਵਾ ਜੀ ਠੰਡ ਮੀਂਹ ਹਨੇਰੀ ਦੇ ਵਿੱਚ ਵੀਰ ਦੱਸਦੇ ਆ ਦੁਕਾਨ ਲਾਉਂਦੇ ਆ ਆ ਮੂਹਰੇ ਤੁਸੀਂ ਦੇਖ ਸਕਦੇ ਹੋ ਛੋਟੀ ਜਿਹੀ ਰਾਨ ਹੈ ਵੀਰ ਵਿੱਚ ਆਪਦੀ ਰੋਜੀ ਰੋਟੀ ਕਮਾਉਣ ਦਾ ਸਾਧਨ ਇਹਨਾਂ ਦਾ ਤੇ ਵੀਰ ਦਾ ਚਾਹ ਦਾ ਦੁਕਾਨ ਆ ਇੱਥੇ ਢਾਬਾ ਚਾਹ ਦਾ ਅਤੇ ਇਹੀ ਵੀਰ ਚਾਹ ਪਾਣੀ ਦੀ ਸੇਵਾ ਵੀ ਕਰਦੇ ਆ ਨਾਲ ਛਕਾਉਂਦੇ ਬਾਬਾ ਜੀ ਦੀ ਸੇਵਾ ਕਰਦੇ ਆ ਅਤੇ ਬਾਬਾ ਜੀ ਇੱਕ ਆ ਪੇਨ ਕਿਲਰ ਗੋਲੀ ਆ ਆਹ ਪੱਤਾ ਬਾਬਾ ਜੀ ਦੇ ਕੋਲ ਪਿਆ ਵਾ ਆਹ ਤੁਸੀਂ ਦੇਖ ਸਕਦੇ ਹੋ ਬਸ ਇਹ ਇੱਕ ਪੇਨ ਕਿਲਰ ਦੇ ਸਹਾਰੇ ਬਾਬਾ ਜੀ ਆਪਦੀ ਜ਼ਿੰਦਗੀ ਕੱਢ ਰਹੇ ਆ ਇਹਨਾਂ ਦਾ ਚੂੜਾ ਬਾਬਾ ਜੀ ਦਾ ਕਰੈਕ ਆ ਜਿੱਥੇ ਤੱਕ ਸਾਨੂੰ ਲੱਗਦਾ ਹਜੇ ਐਗਜ਼ਾਮੀਨਰ ਨਹੀਂ ਕੀਤਾ ਪਰ ਜਿਵੇਂ ਵੀਰਾਂ ਨੇ ਦੱਸਿਆ ਬਾਬਾ ਜੀ ਵੀ ਦੱਸਦੇ ਆ ਵੀ ਚੂੜਾ ਬੈਕ ਸਾਈਡ ਤੋਂ ਬਾਬਾ ਜੀ ਦੀ ਕੋਈ ਹੱਡੀ ਕਰੈਕ ਆ ਜਿਹੜੀ ਚੁਭਦੀ ਆ ਯਾਨੀ ਕਿ ਉਹ ਇੱਕ ਲੱਤ 'ਤੇ ਬਾਬਾ ਜੀ ਖੜ੍ਹੇ ਹੋ ਜਾਂਦੇ ਆਪਾਂ ਦੂਸਰੀ ਲੱਤ 'ਤੇ ਵਜਾ ਇੱਥੇ ਲੈਟਰਿੰਗ ਇੱਥੇ ਪਿਸ਼ਾਬ ਇੱਥੇ ਪਾਣੀ ਇੱਥੇ ਖਾਣਾ ਬਸ ਗੁਰਸਿੱਖ ਬੰਦਾ ਜੀ ਸਰਦਾਰ ਬੰਦਾ ਤੁਸੀਂ ਦੇਖ ਸਕਦੇ ਹੋ ਸਭ ਤੋਂ ਵੱਡੀ ਗੱਲ ਅਸੀਂ ਅੱਗੇ ਵੀ ਆਪਦੀਆਂ ਵੀਡੀਓ ਦੇ ਵਿੱਚ ਦਿਖਾਉਂਦੇ ਰਹਿੰਦੇ ਹਾਂ ਇਹ ਕੋਈ ਯੂਪੀ ਬਿਹਾਰ ਨਹੀਂ ਹੈਗਾ ਇਹ ਕੋਈ ਆਸਾਮ ਜਾਂ ਕੋਈ ਬੰਗਾਲ ਨਹੀਂ ਹੈਗਾ ਇਹ ਪੰਜਾਬ ਆ ਜੀ ਲੁਧਿਆਣਾ ਜ਼ਿਲ੍ਹਾ ਜੀ ਐਡੀਆਂ ਵੱਡੀਆਂ ਵੱਡੀਆਂ ਸੰਸਥਾਵਾਂ ਸਾਡੇ ਸਾਹਮਣੇ ਬਿਲਕੁਲ ਸਿਵਲ ਹੋਸਪਿਟਲ ਲੁਧਿਆਣਾ ਵਾ ਆ ਤੁਸੀਂ ਦੇਖ ਸਕਦੇ ਹੋ ਸਿਵਲ ਹੋਸਪਿਟਲ ਲੁਧਿਆਣਾ ਦਾ ਬੋਰਡ ਮੇਨ ਗੇਟ ਦੇ ਬਾਹਰ ਇਹ ਬਾਬਾ ਜੀ ਪਏ ਆ ਪਿਛਲੇ 3 ਮਹੀਨਿਆਂ ਤੋਂ ਇੱਥੇ ਇਸ ਜਗ੍ਹਾ ਤੇ 6 ਮਹੀਨਿਆਂ ਤੋਂ ਗਿਆ ਜੀ 6 ਮਹੀਨਿਆਂ ਤੋਂ ਇੱਥੇ ਉਹ ਸਰਦੀ ਮੀਂਹ ਇਹ ਬਾਬਾ ਜੀ ਹੁਸ਼ਿਆਰਪੁਰ ਤੋਂ ਆ ਇਹਨਾਂ ਨੂੰ ਕੋਈ ਹੋਸਪਿਟਲ ਦੇ ਵਿੱਚ ਇੱਥੇ ਸਿਵਲ 'ਚ ਦਾਖਲ ਕਰਾ ਗਿਆ ਸੀ ਇਹਨਾਂ ਦੇ ਸੱਟਾਂ ਲੱਗੀਆਂ ਹੋਈਆਂ ਸੀ ਇਹ 1 ਮਹੀਨਾ ਬਾਬਾ ਜੀ ਦੱਸਦੇ ਆ ਵੀ ਅੰਦਰ ਹਸਪਤਾਲ ਦੇ ਵਿੱਚ ਇਹ ਐਡਮਿਟ ਰਹੇ ਤੇ 1 ਮਹੀਨਾ ਐਡਮਿਟ ਰਹਿਣ ਤੋਂ ਬਾਅਦ ਬਾਬਾ ਜੀ ਫਿਰ 1 ਮਹੀਨਾ ਬਾਅਦ ਉਹਨਾਂ ਨੇ ਬਾਹਰ ਕੱਢਤਾ ਤੁਹਾਨੂੰ 1 ਮਹੀਨਾ ਬਾਅਦ ਬਾਬਾ ਜੀ ਨੂੰ ਉਹਨਾਂ ਨੇ ਹਸਪੀਟਲ ਦੇ ਵਿੱਚੋਂ ਬਾਹਰ ਕੱਢਤਾ ਤੇ 3 ਮਹੀਨੇ ਬਾਬਾ ਜੀ ਅੰਦਰ ਪਏ ਰਹੇ ਉੱਥੇ ਪਾਰਕ ਦੇ ਵਿੱਚ ਹੀ ਕਿਤੇ ਉੱਥੋਂ ਦੇ ਜਿਹੜੇ ਮੁਲਾਜ਼ਮ ਆ ਸਫਾਈ ਕਰਮਚਾਰੀ ਉਹਨਾਂ ਨੇ ਕੁੱਟਮਾਰ ਕਰਕੇ ਬਾਬਾ ਜੀ ਨੂੰ ਬਾਹਰ ਕੱਢ ਕੇ ਸਿੱਟਤਾ ਇਹ ਸਾਰੇ ਵੀਰ ਦੱਸਦੇ ਆ ਵਾਹ ਵਾਹ ਇਹਨਾਂ ਨੂੰ 2-3 ਵਾਰ ਅਸੀਂ ਅੰਦਰ ਕਰਵਾਇਆ ਉਹ ਅੰਦਰ ਕੀ ਕਰਦੇ 2-3 ਦਿਨ ਇਹਨਾਂ ਨੂੰ ਰੱਖਦੇ ਸਾਡੇ ਲੋਕ ਕਹਿ ਕੁਆ ਕੇ ਅਸੀਂ ਇਹ ਮੁੰਡੇ ਹੈਗੇ ਸੀ 5-10 ਕਈ ਵਾਰ ਅੰਦਰ ਕਰਵਾਇਆ ਤਾਂ ਕਿ ਉਹ ਕੀ ਕਰਦੇ ਜਦੋਂ ਅਸੀਂ ਛੱਡ ਕੇ ਚਲੇ ਜਾਂਦੇ ਗੱਲ ਹੋ ਜਾਂਦੀ ਹੈ ਮੁੜ ਕੇ ਉਹਨਾਂ ਨੂੰ ਪਤਾ ਬੰਦੇ ਜਿਹੜੇ ਚਲ ਗਏ ਉਸ ਤੋਂ ਬਾਅਦ ਉਹਨਾਂ ਨੂੰ ਚੱਕ ਕੇ ਫਿਰ ਬਾਹਰ ਕਰ ਦਿੰਦੇ ਆ ਨਾ ਕੋਈ ਦਵਾਈ ਨਾ ਕੋਈ ਲੈਣੀ ਨਾ ਦੇਣੀ ਕੋਈ ਸਿਸਟਮ ਸੋਟੀਆਂ ਨਾ ਮਾਰ ਕੇ ਬਾਹਰ ਕੱਢਿਆ ਉੱਧਰ ਤਾਂ ਸਮਾਨ ਰੱਖ ਗਏ ਰਾਤ ਨੂੰ ਸੋਟੀਆਂ ਨਾ ਮਾਰ ਕੇ ਤਾਂ ਵਿਚਾਰੇ ਦਾ ਪੈਸੇ ਪੂਏ ਸਾਰੇ ਇੱਥੋਂ ਕੋਈ ਕੱਢ ਕੇ ਲੈ ਗਿਆ ਕਹਿ ਕੰਬਲ ਵੀ ਲੈ ਗਏ ਫਿਰ ਉਹਨੂੰ ਉਸ ਦਿਨ ਮੀਂਹ ਆ ਰਿਹਾ ਸੀਗਾ ਮੈਂ ਬਾਬੇ ਨੂੰ ਸਵੈਟਰ ਲਿਆ ਕੇ ਮੈਂ ਕਿਹਾ ਰੱਖ ਇਹਨੂੰ ਦੇਣ ਦੇ ਅਤੇ ਵਿਚਾਰੇ ਨੇ ਇੱਥੇ ਸਮਾਨ ਰੱਖ ਕੇ ਗਏ ਸੀ ਆਪਣਾ ਆਲਾ ਦਾ ਉਹ ਰਾਤ ਨੂੰ ਕੋਈ ਇਹੋ ਜਿਹੇ ਬੰਦੇ ਕੰਬਲ ਤਾਂ ਜਿਹੜੇ ਸਾਰੇ ਸੀਗੇ ਉਹ ਕੰਬਲ ਵੀ ਸਾਰੇ ਚੱਕ ਕੇ ਆਉਂਦੇ ਲੈ ਗਏ ਸਾਰੇ ਉਹ ਸਮਾਨ ਸੀਗਾ ਜਿਹੜਾ
ਇਹਦੇ ਕੋਲ ਰੱਖਿਆ ਸੀਗਾ ਉਹ ਕੁਦਰਤੀ ਇਹਨੇ ਉੱਤੇ ਹੱਥ ਰੱਖਿਆ ਹੋਇਆ ਉਹ ਬੰਦਾ ਖੋਹ ਨਹੀਂ ਸਕਿਆ ਸਮਾਨ ਦੇ ਕੋਲ ਕਹਿੰਦੇ ਪੈਸੇ ਪੂਹੇ ਵੀ ਸੀਗੇ ਜਿਹੜੇ ਉਹ ਕੰਬਲ ਦੇ ਨਾਲ ਨਾਤੇ ਨਾਲ ਅਤੇ ਸਾਰੇ ਕੰਬਲ ਦੇ ਨਾਲ ਪੈਸੇ ਪੂਹੇ ਵੀ ਸਾਰੇ ਇਹਦੇ ਕੋਲ ਖਿੱਚੇ ਗਏ ਸਾਰੇ ਹੁਣ ਡੇਲੀ ਇਹਨਾਂ ਨੂੰ ਰੋਜ਼ ਰਾਤੀ ਰੋਟੀ ਲਿਆਉਣ ਦਾ ਕੰਮ ਜਿਹੜਾ ਹੈਗਾ ਸਾਡਾ ਹੈਗਾ ਇੱਥੇ ਪਰਿਵਾਰਾਂ ਨੂੰ ਬਿਲੋਂਗ ਕਰਦੇ ਵੀਰ ਇਹ ਨੋਰਮਲ ਪਰਿਵਾਰਾਂ ਨੂੰ ਬਿਲੋਂਗ ਕਰਨ ਵਾਲੇ ਵੀਰ ਇਹ ਆਪਦੀ ਰੋਜੀ ਰੋਟੀ ਕਮਾ ਕੇ ਦਸਾਂ ਨੌਵਾਂ ਦੀ ਕਿਰਤ ਨਾਲ ਖਾਣ ਵਾਲੇ ਵੀਰ ਸਾਰੇ ਆਲੇ ਦੁਆਲੇ ਦਸ ਵੀਹ ਰੁਪਏ ਦੇ ਕੇ ਜਾਈਏ ਯਾਨੀ ਕਿ ਇਹ ਦੱਸਦੇ ਆ ਜਿਹੜੀ ਵੀ ਇੰਨੀ ਮਾੜੀ ਹਾਲਤ ਆ ਤਰਸਯੋਗ ਹਾਲਤ ਦੇ ਵਿੱਚ ਬਾਬਾ ਜੀ ਰਹਿ ਰਹੇ ਆ ਇੱਥੇ ਇਸ ਟਾਈਮ ਅਤੇ ਬਾਬਾ ਜੀ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਇੱਕ ਕੇਸਾਧਾਰੀ ਗੁਰਸਿੱਖ ਬੰਦਾ ਲੁਧਿਆਣੇ ਵਰਗੇ ਸ਼ਹਿਰ ਦੇ ਵਿੱਚ ਬੈਠਾ ਅਤੇ ਉਹਨੂੰ ਯਾਨੀ ਕਿ ਜਾਨਵਰਾਂ ਨੂੰ ਭੈੜੀ ਜ਼ਿੰਦਗੀ ਜਿਉਣ ਲਈ ਮਜਬੂਰ ਕੀਤਾ ਹੋਇਆ ਪ੍ਰਸ਼ਾਸਨ ਇੱਥੇ ਪਤਾ ਨਹੀਂ ਕਿੱਥੇ ਗਿਆ ਹੋਇਆ ਇਸ ਟਾਈਮ ਅਸੀਂ ਇੱਦਾਂ ਨਹੀਂ ਕਹਿੰਦੇ ਕਿ ਵੀ ਕੋਈ ਇਹ ਜਾਣ ਬੁੱਝ ਕੇ ਕਰਦੇ ਹਾਂ ਆਪਣੇ ਪ੍ਰਸ਼ਾਸਨ ਦਾ ਜਿਹੜਾ ਢਿੱਲਾ ਰਵੱਈਆ ਇਹ ਬਹੁਤ ਸਾਲਾਂ ਤੋਂ ਚੱਲ ਰਿਹਾ ਇਹ ਕਿ ਹੁਣ ਦੀ ਗੱਲ ਨਹੀਂ ਹੈਗੀ ਵੀ ਅੱਜ ਸ਼ੁਰੂ ਹੋਇਆ ਇਹ ਅਤੇ ਬਾਬਾ ਜੀ ਦੱਸਦੇ ਇੱਕ ਸਾਲ ਤੋਂ ਪੂਰੇ ਤੋਂ ਤਕਰੀਬਨ ਇਸ ਲਈ ਇੱਥੇ ਹੀ ਰਹਿੰਦੇ ਆ ਇਹ ਬਾਬਾ ਜੀ ਹੋਸਪਿਟਲ ਦੇ ਵਿੱਚੋਂ ਚੱਕ ਕੇ ਬਾਹਰ ਸਿੱਟਤਾ ਪੈਸੇ ਨਾ ਹੋਣ ਕਰਕੇ ਕਿਉਂਕਿ ਬਾਬੇ ਦੇ ਪਰਿਵਾਰ ਦੇ ਵਿੱਚ ਕੋਈ ਪਿੱਛੇ ਹੈ ਨਹੀਂ ਸਪੋਰਟ ਕਰਨ ਵਾਲਾ ਅਤੇ ਫਿਰ 3 ਮਹੀਨੇ ਬਾਬਾ ਜੀ ਅੰਦਰ ਰਹੇ ਉੱਥੋਂ ਉਹਨਾਂ ਨੇ ਕੁੱਟ ਕੇ ਸਫਾਈ ਕਰਮਚਾਰੀਆਂ ਨੇ ਸੋਟੀਆਂ ਮਾਰ ਮਾਰ ਕੇ ਬਾਹਰ ਕੱਢਤਾ ਇਹ ਵੀਰ ਦੱਸਦੇ ਕੀ ਨਾ ਜੀ ਤੁਹਾਡਾ ਇਹ ਵਿੱਕੀ ਵੀਰ ਆ ਦੱਸਦੇ ਆ ਵੀ ਇਹਨਾਂ ਨੇ 2-3 ਵਾਰ ਬਾਬਾ ਜੀ ਨੂੰ ਐਡਮਿਟ ਕਰਵਾਉਣ ਦੀ ਸਾਰੇ ਵੀਰਾਂ ਨੇ ਜਿਹੜੇ ਆਲੇ ਦੁਆਲੇ ਖੜ੍ਹੇ ਆ ਕੋਸ਼ਿਸ਼ ਕੀਤੀ ਵੀ ਇਹਨਾਂ ਦਾ ਇਲਾਜ ਕਰਵਾਇਆ ਜਾਵੇ ਪਰ 1 ਜਾਂ 2 ਦਿਨ ਤੋਂ ਵੱਧ ਹੋਸਪਿਟਲ ਦੇ ਵਿੱਚ ਨਹੀਂ ਰੱਖਿਆ ਜਾਂਦਾ ਬਾਹਰ ਕੱਢ ਕੇ ਸਿੱਟ ਦਿੱਤਾ ਜਾਂਦਾ ਫਿਰ ਇਹਨਾਂ ਨੂੰ ਤੁਸੀਂ ਅਨਨੋਨ ਕਮਰਾ ਦੇਖੇ ਜਾਵੇ ਤਾਂ ਬੁਰਾ ਹਾਲ ਹੁੰਦਾ ਅਤੇ ਅਸੀਂ ਬੇਨਤੀ ਕਰਦੇ ਹਾਂ ਸਾਰੀਆਂ ਜਿਹੜੀਆਂ ਆਪਣੇ ਧਾਰਮਿਕ ਜਥੇਬੰਦੀਆਂ ਸਰਕਾਰ ਦੇ ਨੁਮਾਇੰਦੇ ਸਰਕਾਰਾਂ ਅਤੇ ਅਦਾਰੇ ਸੰਸਥਾਵਾਂ ਅਤੇ ਐਡੇ ਵੱਡੇ ਵੱਡੇ ਜਿਹੜੇ ਆਪਣੇ ਚੱਲਦੇ ਹੈਗੇ ਆ ਪ੍ਰੋਜੈਕਟ ਹਰੇਕ ਧਰਮ ਦੇ ਵਿੱਚ ਅਸੀਂ ਕਿਸੇ ਇੱਕ ਧਰਮ ਨੂੰ ਉਹ ਨਹੀਂ ਪੁਆਇੰਟ ਆਊਟ ਨਹੀਂ ਕਰਦੇ ਪਰ ਯਾਨੀ ਕਿ ਇੱਦਾਂ ਦੇ ਬੰਦਿਆਂ ਨੂੰ ਕੌਣ ਪੁੱਛਦਾ ਜੀ ਕੋਈ ਵੀ ਨਹੀਂ ਇਹਨਾਂ ਦਾ ਕੋਈ ਵੀ ਨਹੀਂ ਹੈਗਾ ਇਸ ਟਾਈਮ ਇਹ ਬੰਦਾ ਗੁਰਸਿੱਖ ਬੰਦਾ ਸੜਕਾਂ 'ਤੇ ਰਹਿਣ ਲਈ ਮਜਬੂਰ ਆ ਲੋਕਾਂ ਤੋਂ ਮੰਗ ਮੰਗ ਕੇ ਖਾਣ ਲਈ ਮਜਬੂਰ ਹੋਇਆ ਹੈ ਮੁਤਾਜ ਹੋਇਆ ਹੋਇਆ ਬਾਬਾ ਲੱਤਾਂ 'ਤੇ ਖੜ੍ਹ ਨਹੀਂ ਸਕਦਾ ਧੌਣ ਬਾਬਾ ਜੀ ਦੀ ਦੇਖੋ ਕਿੱਦਾਂ ਹਿੱਲੀ ਜਾ ਰਹੀ ਆ ਯਾਨੀ ਕਿ ਇਸ ਹਾਲਤ ਦੇ ਵਿੱਚ ਜੇ ਇਨਸਾਨ ਪੰਜਾਬ ਦੇ ਵਿੱਚ ਰਹਿ ਰਿਹਾ ਵਾ ਗੁਰਸਿੱਖ ਬੰਦਾ ਅਤੇ ਬਾਹਰਲੀਆਂ ਸੀਟਾਂ ਦੇ ਵਿੱਚ ਤਾਂ ਰੱਬ ਹੀ ਰੱਖਾ ਫਿਰ ਕੌਣ ਇਹਨਾਂ ਨੂੰ ਸਾਂਭੂਗਾ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਵੀ ਜ਼ਰੂਰ ਇੱਦਾਂ ਦੇ ਪ੍ਰਸ਼ਾਸਨ ਦੇ ਵਿੱਚ ਕੋਈ ਇੱਦਾਂ ਦੇ ਫੇਰ ਬਦਲ ਕੀਤੇ ਜਾਣ ਮੌਜੂਦਾ ਸਰਕਾਰ ਹੁਣ ਨਵੀਂ ਚੁਣੀ ਆ ਵੀ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਉਹ ਜ਼ਰੂਰ ਕੋਈ ਇਸ ਦੇ ਜਿਹੜੇ ਲਵਾਰ ਦੇ ਬੰਦੇ ਆ ਜਿਨ੍ਹਾਂ ਦਾ ਕੋਈ ਵੀ ਹੈ ਨਹੀਂ ਗੱਲ ਉੱਥੇ ਹੀ ਆ ਕੇ ਰੁਕ ਜਾਂਦੀ ਹੈ ਵੀ ਇਹਨਾਂ ਦੀ ਨਾ ਵੋਟ ਆ ਨਾ ਸਪੋਰਟ ਆ ਵਿਚਾਰਿਆਂ ਦੀ ਇਹਨਾਂ ਨੂੰ ਕੋਈ ਨਹੀਂ ਪੁੱਛਦਾ ਅਸਲ ਦੇ ਵਿੱਚ ਇਹੀ ਸਭ ਤੋਂ ਵੱਡਾ ਧਰਮ ਆ ਰੱਬ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਨੇ ਵੀ ਆਪਾਂ ਨੂੰ ਸਮਝਾਇਆ ਸਾਰਿਆਂ ਨੂੰ ਇਹੀ ਗਿਆਨ ਦਿੱਤਾ ਹਰੇਕ ਧਰਮ ਨੇ ਵੀ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਵਾ ਜੀ ਅਤੇ ਇਨਸਾਨ ਨੂੰ ਇਸ ਤਰੀਕੇ ਕੀੜਿਆਂ ਦੇ ਵਾਂਗ ਰੋਲਣ ਲਈ ਮਜਬੂਰ ਕੀਤਾ ਜਾ ਰਿਹਾ ਸਿਰਫ ਕੁਛ ਚੰਦ ਰੁਪਈਆਂ ਦੀ ਖਾਤਰ ਕਿੰਨਾ ਖਰਚਾ ਆ ਸਕਦਾ ਬਾਬਾ ਜੀ ਸਾਡੀ ਸੰਸਥਾ ਦੀ ਡਿਊਟੀ ਸੱਚੇ ਪਾਤਸ਼ਾਹ ਨੇ ਗੁਰੂ ਮਹਾਰਾਜ ਨੇ ਲਾਈ ਆ ਅਸੀਂ ਲਿਬਾਸ ਬੰਦਿਆਂ ਨੂੰ ਚੱਕ ਕੇ ਆਪਣੇ ਕੋਲ ਰੱਖ ਕੇ ਇਲਾਜ ਕਰਵਾਉਂਦੇ ਹਾਂ ਜਿਵੇਂ ਕਿ ਮੈਂ ਸ਼ੁਰੂ 'ਚ ਵੀ ਦੱਸਿਆ ਸੀ ਵੀ ਸਾਡਾ ਭਰਾ ਵੀਰਿੰਦਰ ਗਰੇਵਾਲ ਜਿਹੜਾ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਸੇਵਾ ਨਿਭਾਉਂਦੇ ਸੀਗੇ ਨਿਭਾਉਂਦਾ ਸੀਗਾ ਪਰ ਉਹ ਹੁਣ ਪਿਛਲੀ 16 ਤਰੀਕ ਨੂੰ ਐਕਸੀਡੈਂਟ ਹੋਣ ਕਰਕੇ ਉਹਨਾਂ ਦੀ ਡੈਥ ਹੋ ਗਈ ਉਹਦੇ ਕਰਕੇ ਇਸ ਬਜ਼ੁਰਗ ਨੂੰ ਲੈ ਕੇ ਜਾਣ ਦੇ ਵਿੱਚ ਕੁਛ ਦੇਰੀ ਹੋ ਗਈ ਸਾਤੋਂ ਕਿਉਂਕਿ ਜਦੋਂ ਵੀਰਿੰਦਰ ਦੇ ਹੁੰਦੇ ਹਾਂ ਵੀ ਇਹ ਅਸੀਂ ਦੇਖ ਕੇ ਗਏ ਵੀਰਿੰਦਰ ਆਪ ਆ ਕੇ ਗੱਲ ਕਰਕੇ ਗਿਆ ਸੀ ਪਰ ਅਸੀਂ ਅੱਜ ਇਹਨਾਂ ਨੂੰ ਸੰਸਥਾ ਤੋਂ ਆਪਣੇ ਤੋਂ ਲੈਣ ਆਏ ਹਾਂ ਸਾਡੀ ਟੀਮ ਸਾਰੀ ਨਾਲ ਆਈ ਹੋਈ ਹੈ ਲੈਣ ਅਤੇ ਬਾਬਾ ਜੀ ਨੂੰ ਅਸੀਂ ਲੈ ਕੇ ਜਾਵਾਂਗੇ ਆਪਦੇ ਕੋਲ ਉੱਥੇ ਲਿਜਾ ਕੇ ਇਲਾਜ ਕਰਵਾਵਾਂਗੇ ਦੀਪਕ ਹੋਸਪਿਟਲ ਦੇ ਵਿੱਚ ਸਾਡਾ ਜੋ ਵੀ ਇਹਨਾਂ ਦਾ ਜੇ ਚੂੜਾ ਪੈਂਦਾ ਜਾਂ ਜੋ ਵੀ ਹੋਊਗਾ ਉਹ ਸਾਡੇ ਸੰਸਥਾ ਸਾਡੇ ਵੱਲੋਂ ਕਰਵਾਇਆ ਜਾਊਗਾ ਜੀ ਸੱਚੇ ਪਾਤਸ਼ਾਹ ਮਿਹਰ ਕਰਨ ਅਤੇ ਬਾਬਾ ਜੀ ਆਪਦੇ ਪੈਰਾਂ 'ਤੇ ਖੜ੍ਹੇ ਹੋਣ ਦੇ ਕਾਬਲ ਹੋ ਜਾਣ ਇਹਨਾਂ ਦੀ ਸੇਵਾ ਅਤੇ ਸੰਭਾਲ ਦੀ ਜ਼ਿੰਮੇਵਾਰੀ ਸਾਡੀ ਟੀਮ ਦੇ ਕੰਧ ਵੀ ਨਾਲ ਅਸੀਂ ਨਿਭਾਵਾਂਗੇ ਅਤੇ ਸਾਡਾ ਨੰਬਰ ਜਿਵੇਂ ਤੁਸੀਂ ਜਾਣਦੇ ਹੋ 97-803-0073 ਨੰਬਰ ਆ ਜੀ ਸਾਡਾ ਉਹਦੇ 'ਤੇ ਕੋਈ ਵੀ ਵੀਰ ਸੰਪਰਕ ਕਰ ਸਕਦਾ ਇਹ ਬਾਬਾ ਜੀ ਨੂੰ ਜੇ ਕੋਈ ਪਛਾਣਦਾ ਵਾ ਕਾਰਡ ਹੈਗਾ ਆਪਣੇ ਕੋਲ ਅਤੇ ਜ਼ਰੂਰ ਸਾਡੇ ਨਾਲ ਸੰਪਰਕ ਕਰੋ ਕਿਉਂਕਿ ਇਹ ਬਾਬਾ ਜੀ ਪਰਿਵਾਰ ਦੇ ਵਿੱਚੋਂ ਬਾਬਾ ਜੀ ਉੱਪਰ ਨੂੰ ਕਰਿਓ ਫੇਸ
ਪਰਿਵਾਰ ਦੇ ਵਿੱਚੋਂ ਹੀ ਆਪਦੇ ਚੋਂ ਕਿਸੇ ਚੋਂ ਵਿਛੜੇ ਹੋਏ ਆ ਕਿਉਂਕਿ ਬਾਬਾ ਜੀ ਦੀ ਹਾਲਤ ਇਹ ਬਚਪਨ ਤੋਂ ਨਹੀਂ ਸੀਗੀ ਹੁਣ ਹੀ ਹੋਈ ਹੈ ਇਨਸਾਨ ਲੋਕ ਮਾੜੀ ਇਨਸਾਨੀਅਤ ਦਾ ਜਿਹੜੀ ਅੱਜ ਕੱਲ੍ਹ ਦੀ ਮਰ ਚੁੱਕੀ ਇਨਸਾਨੀਅਤ ਦਾ ਨਤੀਜਾ ਜਿਹੜੇ ਬਾਬਾ ਜੀ ਅੱਜ ਇਸ ਹਾਲਤ ਦੇ ਵਿੱਚ ਰਹਿ ਰਹੇ ਆ ਜਿਹੜੇ ਕਿ ਇਸੇ ਜਗ੍ਹਾ 'ਤੇ ਖਾਣਾ ਪੀਣਾ ਟੋਇਲਟ ਕਰਨੀ ਤੁਸੀਂ ਦੇਖ ਸਕਦੇ ਹੋ ਇੱਕ ਜਿਹਨੇ ਕਿ ਆਪਾਂ ਕਹਿ ਸਕਦੇ ਹਾਂ ਵੀ ਕਬਰ ਪੁੱਟਣ ਦੇ ਵੀ ਇਸ ਤੋਂ ਵੱਧ ਜਗ੍ਹਾ ਚਾਹੀਦੀ ਹੁੰਦੀ ਹੈ ਇੱਕ ਕਬਰਸਤਾਨ ਵਰਗਾ ਏਰੀਆ ਵਾ ਬਾਬੇ ਦਾ ਇੰਨਾ ਕੁ ਜਿੱਦੇ ਵਿੱਚ ਰਹਿ ਰਿਹਾ ਵਿਚਾਰਾ ਉਹਦੇ ਵਿੱਚ ਹੀ ਬਾਬਾ ਜੀ ਸਾਰਾ ਕੁਛ ਆਪਦਾ ਦਿਨ ਚਲਿਆ ਲੰਘਾਉਂਦੇ ਆ ਜਾਣੀ ਕਿ ਇਹੋ ਜਿਹੀਆਂ ਚੀਜ਼ਾਂ ਦੇਖ ਕੇ ਬੜਾ ਮਨ ਦੁਖੀ ਹੁੰਦਾ ਜੀ ਕਿਉਂਕਿ ਇੰਨੀ ਜ਼ਿਆਦਾ ਇਨਸਾਨੀਅਤ ਮਰ ਗਈ ਹੈ ਜੀ ਇੱਥੋਂ ਦੇ ਸਭ ਕਰੋੜਾਂਪਤੀ ਅਰਬਾਂਪਤੀ ਲੋਕ ਵੱਡੀਆਂ ਸੰਸਥਾਵਾਂ ਵੱਡੇ ਧਾਰਮਿਕ ਅਤੇ ਸਰਕਾਰੀ ਨੁਮਾਇੰਦੇ ਲੰਘਦੇ ਆ ਉਹ ਕਿਉਂ ਨਹੀਂ ਦੇਖਦੇ ਉਹਨਾਂ ਨੂੰ ਕਾਹਤੋਂ ਨਹੀਂ ਇੱਦਾਂ ਦੀਆਂ ਚੀਜ਼ਾਂ ਨਜ਼ਰਾਂ 'ਚ ਪੈਂਦੀਆਂ ਠੀਕ ਆ ਵੀ ਤੁਸੀਂ ਹਰੇਕ ਬੰਦੇ ਦੀ ਹੈਲਪ ਨਹੀਂ ਕਰ ਸਕਦੇ ਪਰ ਜਿਹੜਾ ਬਿਲਕੁਲ ਹੀ ਹੈਲਪਲੈਸ ਬੰਦਾ ਉਹਦੀ ਤਾਂ ਹੈਲਪ ਕਰਨੀ ਚਾਹੀਦੀ ਹੈ ਨਾ ਇਹ ਜਿਹੜੀਆਂ ਆਪਣੀਆਂ ਕਮੀਆਂ ਵਾ ਜੀ ਇਹ ਇਸ ਟਾਈਮ ਜਿਹੜੀਆਂ ਇਹ ਸਿੱਖ ਕੌਮ ਨੂੰ ਖਤਮ ਕਰ ਰਹੀਆਂ ਸਾਡੇ ਵਰਗੇ ਪਾਪੀ ਬੰਦੇ ਅਸੀਂ ਕੋਈ ਗੁਰਸਿੱਖ ਨਹੀਂ ਅਸੀਂ ਬਹੁਤ ਵੱਡੇ ਗੁਣੀ ਗਿਆਨੀ ਨਹੀਂ ਹੈਗੇ ਅਸੀਂ ਅੱਗੇ ਵੀ ਵਾਰ ਵਾਰ ਇਹੀ ਬੇਨਤੀ ਕਰਦੇ ਹਾਂ ਪਰ ਸਾਨੂੰ ਇੰਨੀ ਕੁ ਸਮਝ ਹੈਗੀ ਹੈ ਵੀ ਜੋ ਗੁਰੂ ਦਾ ਦਿਖਾਇਆ ਹੋਇਆ ਰਸਤਾ ਉਹਦੇ 'ਤੇ ਕਿਸ ਤਰੀਕੇ ਚੱਲਣਾ ਅਸੀਂ ਸਾਰੇ ਵੀਰਾਂ ਭੈਣਾਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਜਦੋਂ ਵੀ ਤੁਹਾਨੂੰ ਕੋਈ ਇੱਦਾਂ ਦਾ ਬੰਦਾ ਕਿਤੇ ਸੜਕ 'ਤੇ ਪਿਆ ਬੇਸਹਾਰਾ ਜੇ ਬਹੁਤ ਹੀ ਬੁਰੀ ਹਾਲਤ ਦੇ ਵਿੱਚ ਲਾਚਾਰ ਪਿਆ ਮਿਲਦਾ ਉਹਦੀ ਹੈਲਪ ਜ਼ਰੂਰ ਕਰਿਆ ਕਰੋ ਜੇ ਬਾਬਾ ਜੀ ਦੀ ਪਹਿਲੀ ਸਟੇਜ 'ਤੇ ਹੈਲਪ ਕੀਤੀ ਜਾ ਜਾਂਦੀ ਤਾਂ ਅੱਜ ਬਾਬਾ ਜੀ ਆ ਜਿਹੜੀ ਨਰਕ ਭਰੀ ਜ਼ਿੰਦਗੀ ਇੱਕ ਸਾਲ ਦੀ ਹੋਈ ਆ ਇਹਤੋਂ ਬਚ ਸਕਦੇ ਇਹਦਾ ਅਹਿਸਾਸ ਕਰਨਾ ਵੀ ਬਹੁਤ ਵੱਡੀ ਗੱਲ ਆ ਮੁਸ਼ਕਿਲ ਆ ਉਹੀ ਕਰ ਸਕਦਾ ਜਿਹਨੇ ਹੰਢਾਇਆ ਹੋਵੇ ਬਾਬਾ ਜੀ ਨੇ ਜਿਹੜਾ ਸਰਦੀਆਂ ਕੱਢੀਆਂ ਇੰਨੀ ਠੰਡ ਇਸ ਜਗ੍ਹਾ ਦੇ ਉੱਤੇ ਉਹਦਾ ਕੋਈ ਮੁੱਲ ਨਹੀਂ ਦੇ ਸਕਦਾ ਜੀ ਹੋ ਸਕਦਾ ਸੀ ਬਾਬਾ ਜੀ ਨੂੰ ਸਾਡੇ ਸੱਚੇ ਪਾਤਸ਼ਾਹ ਮਿਹਰ ਕਰਨ ਵੀ ਤੁਰਨ ਦੇ ਕਾਬਲ ਕਰ ਦਈਏ ਪਰ ਜਿਹੜਾ ਬਾਬਾ ਜੀ ਨੇ ਦੁੱਖ ਝੱਲਿਆ ਉਹ ਵਾਪਸ ਨਹੀਂ ਆਉਣਾ ਗਾ ਅਤੇ ਪਰ ਅਸੀਂ ਬੇਨਤੀ ਕਰਦੇ ਹਾਂ ਵਾਰ ਵਾਰ ਵੀ ਇੱਦਾਂ ਦੇ ਬੰਦਿਆਂ ਦੀ ਹੈਲਪ ਜ਼ਰੂਰ ਕਰਿਆ ਕਰੋ ਜਿਹੜੇ ਬਿਲਕੁਲ ਹੀ ਹੈਲਪਲੈਸ ਲੋੜਵੰਦ ਬੰਦੇ ਸੜਕਾਂ 'ਤੇ ਪਏ ਉਹਨਾਂ ਦੀ ਮਦਦ ਲਈ ਜ਼ਰੂਰ ਅੱਗੇ ਆਇਆ ਕਰੋ ਅਤੇ ਸਾਡਾ ਨੰਬਰ ਫਿਰ ਅਸੀਂ ਦੁਹਰਾਉਂਦੇ ਹਾਂ 97803000 ਨੰਬਰ ਆ ਜੀ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੰਸਥਾ ਬਾਰਨਹਾੜੇ ਪਿੰਡ ਹੰਬੜਾ ਰੋਡ ਦੇ ਉੱਪਰ ਚੱਲਦੀ ਹੈ ਜੀ ਅਸੀਂ ਲਵਾਰਸ ਬੰਦਿਆਂ ਦਾ ਚੱਕ ਕੇ ਜਿਹੜੇ ਬਹੁਤ ਮਾੜੀ ਹਾਲਤ 'ਚ ਆ ਉਹਨਾਂ ਦਾ ਇਲਾਜ ਕਰਵਾਉਂਦੇ ਹਾਂ ਜੀ ਸਾਡੇ ਕੋਲ 40 ਦੇ ਕਰੀਬ ਬੰਦੇ ਇਸ ਟਾਈਮ ਰਹਿੰਦੇ ਆ ਜੀ ਅਤੇ ਹੁਣ ਤੱਕ ਅਸੀਂ 24 ਬੰਦੇ ਪਰਿਵਾਰਾਂ ਦੇ ਵਿੱਚ ਪਹੁੰਚਾ ਚੁੱਕੇ ਹਾਂ ਜਿਹਨਾਂ ਦੇ ਘਰ ਲੱਭ ਗਿਆ ਕੋਈ ਸਾਲ ਬਾਅਦ ਕੋਈ 2 ਸਾਲਾਂ ਬਾਅਦ ਕੋਈ 10 ਸਾਲਾਂ ਬਾਅਦ ਅਤੇ ਸੱਚੇ ਪਾਤਸ਼ਾਹ ਇੱਦਾਂ ਹੀ ਸਾਡੀ ਟੀਮ 'ਤੇ ਮਿਹਰ ਭਰਿਆ ਹੱਥ ਰੱਖਣ ਅਤੇ ਸਾਡੇ ਭਰਾ ਵੀਰਿੰਦਰ ਗਰੇਵਾਲ ਦੇ ਪਰਿਵਾਰ 'ਤੇ ਮਿਹਰ ਭਰਿਆ ਹੱਥ ਰੱਖਣ ਵੀ ਅਸੀਂ ਉਹਨਾਂ ਦੀ ਜਿਹੜੇ ਲਿਆ ਹੋਇਆ ਸੁਪਨਾ ਸਾਡੇ ਨਾਲ ਉਹਨੂੰ ਅਸੀਂ ਇੱਦਾਂ ਹੀ ਜਿਉਂਦੇ ਰਹੀਏ ਅਤੇ ਅੱਗੇ ਵਧਾਉਂਦੇ ਰਹੀਏ ਜੀ ਅਤੇ ਇੰਨੀਆਂ ਬੇਨਤੀਆਂ ਕਰਨੀਆਂ ਸੀਗੀਆਂ ਜੀ ਬਾਬਾ ਜੀ ਰਾਮ ਸਰੂਪ ਸਿੰਘ ਜੀ ਦਾ ਦੀ ਸਿਹਤ ਜਾਬੀ ਵਾਸਤੇ ਜ਼ਰੂਰ ਅਰਦਾਸ ਕਰਿਓ ਵੀ ਇਹ ਆਪਣੀ ਜ਼ਿੰਦਗੀ ਜਿਹੜੀ ਅਗਲੀ ਆ ਉਹ ਵਧੀਆ ਤਰੀਕੇ ਨਾਲ ਜਿਉਂ ਸਕਣ ਸੱਚੇ ਪਾਤਸ਼ਾਹ ਮਿਹਰ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਨਾ ਬਸ ਬਾਈ ਜੀ ਬਸ ਬਾਬਾ ਜੀ ਦੀ ਕਾਕਾ